ਵੀਰਾ ਜਾਗ ਬਈ ਹੁਣ ਜਾਗੋ ਆਈਆ, ਬੱਲੇ ਬਈ ਹੁਣ ਜਾਗੋ ਆਈਆ, ਛਾਵਾ ਬਈ ਹੁਣ ਜਾਗੋ ਆਈਆ। ਦਿਓਰਾ ਤੈਨੂੰ ਮੈਂ ਸਮਝਾਵਾਂ, ਬੇਲੀ ਬੈਨ ਮਤ ਗੁਆਵਾਂ, ਚੁੱਲਾ ਚੌਂਕਾ ਕਰਦੀ ਜਾਵਾਂ, ਨਾਲ ਨਾਲ ਮੈਂ ਪੜ੍ਹਦੀ ਜਾਵਾਂ, ਬੇਲੇ ਪਾਠਾਂ ਆਈਆ ਬਈ ਹੁਣ ਜਾਗੋ ਆਈਆ। ਕੋਈ ਨਾ ਗਹਿਣਾ ਮੇਰੇ ਮਾਪਿਆਂ ਨੇ ਪਾਇਆ, ਕੋਈ ਨਾ ਗਹਿਣਾ ਮੇਰੇ ਮਾਪਿਆਂ ਨੇ ਪਾਇਆ, ਕੁਝ ਨਾ ਮੈਂ ਤੇਥੋਂ ਹੁਣ ਲੈਣਾ, ਮੁੰਡੇ ਆਵੇ ਮੇਰੇ ਕੋਲ ਦੇ ਆਗਾ, ਗਹਿਣਾ ਮੁੰਡੇ ਆਵੇ ਮੇਰੇ ਕੋਲ ਦੇ ਆਗਾ, ਗਹਿਣਾ ਮੁੰਡੇ ਆਵੇ ਮੇਰੇ ਕੋਲ ਦੇ ਆਗਾ। ਕੁੜੀ ਓ ਜਾਂਜੀ ਪੜ੍ਹਿਆਂ ਦੀ ਸੱਦਣੀ, ਜੇ ਕੁੜੀ ਓ ਜਾਂਜੀ ਪੜ੍ਹਿਆਂ ਦੀ ਸੱਦਣੀ, ਕਾਲ ਜਾਂਦੀ ਕਰ ਲੋ ਪੜ੍ਹਾਈ ਕੁੜੀ ਨੀ ਜਾਣੇ, ਹੈਲੋ ਹੈਲੋ ਨੀ ਜਾਣੇ। ਆਪਣੀ ਚਿੱਠੀ ਆਈ ਆ ਕਿਸੇ ਦੀ? ਸਾਡੇ ਤਾਂ ਖਾਨਦਾਨ 'ਚ ਕੋਈ ਪੜ੍ਹਿਆ ਲਿਖਿਆ ਨਹੀਂ। ਖਬਰਾਂ ਤੇਰੇ ਕਿੰਨੀ ਆਈ ਹੋਵੇ ਨਾ ਦੇਖ ਪੜ੍ਹ ਕੇ। ਮੈਨੂੰ ਤਾਂ ਨਹੀਂ ਪੜ੍ਹਨਾ ਲਿਖਣਾ ਆਉਂਦਾ। ਨਾ ਤੂੰ ਖੁਦ ਤਾਂ ਅਨਪੜ੍ਹ ਸੀ, ਮੈਂ ਹਾਂ ਵੋਟੀ ਵੀ ਅਨਪੜ੍ਹ ਲਿਆਉਂਦੀ। ਸਕੂਲ ਆਇਆ ਕਰ ਉੱਧਰ। ਨਾਨਾ ਬਣ ਗਿਆ, ਨਾਨਾ ਬਣ ਗਿਆ, ਨਾਨਾ ਬਣ ਗਿਆ। ਓਹ ਐਂ ਕਿਉਂ ਖੁਸ਼ ਹੋਈ ਜਾਂਦੇ ਹੋ? ਹਾਏ ਰੱਬਾ, ਤੁਸੀਂ ਤਾਂ ਉਲਟੀਆਂ ਕਰਨ ਲੱਗ ਗਏ ਹੋ। ਮੈਂ ਹੁਣੀ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਂਦੀ ਹਾਂ। ਆਹ ਦਵਾਈ ਖਵਾਤੀ ਤੁਸੀਂ? ਹਾਂਜੀ। ਇਹੀ ਤਾਂ ਮਿਆਦ ਪੁੱਗੀ ਹੋਈ ਆ, ਇਹਦੀ ਵਜ੍ਹਾ ਇਹਨਾਂ ਦੀ ਇੰਨੀ ਹਾਲਤ ਖਰਾਬ ਹੋ ਗਈ। ਇਸ ਤਰ੍ਹਾਂ ਕਰੋ, ਅਗਰ ਇਹਦੀ ਜ਼ਿੰਦਗੀ ਵਿੱਚ ਵਾਧਾ ਚਾਹੁੰਦੇ ਹੋ ਤਾਂ ਇਹਨੂੰ ਸ਼ਹਿਰ ਲੈ ਜਾਓ ਫਟਾਫਟ। ਲਾਲਾ ਦੇ, ਤੈਨੂੰ ਪਤਾ ਸ਼ਹਿਰ 'ਚ ਕਿੰਨੇ ਛਿੱਲ ਲਾਉਂਦੇ ਨੇ। ਚੰਗਾਈ ਦੀ ਤਾਂ ਕੋਈ ਗੱਲ ਨਹੀਂ, ਤੂੰ ਪੈਸੇ ਤਾਂ ਭਾਵੇਂ ਹੋਰ। ਉਹ ਭਾਈ ਘਬਰਾਈ ਨਾ, ਪੈਸੇ ਹੋਰ ਚਾਹੀਦੇ, ਹੋਰ ਲੈ ਜੀ। ਸਵਾਏ ਪੈਸਿਆਂ ਤੋਂ ਵੀ ਕੋਈ ਗੱਲ ਆਉਂਦੀ ਹੈ? ਜਦੋਂ ਉਹਨੇ ਪੈਸੇ ਲੈਣ ਆਉਂਦੇ ਹੋ ਲਾਲਾ ਜੀ, ਕੁਛ ਤਾਂ ਤਰਸ ਕਰੋ। ਲੋਕਾਂ ਦੇ ਬੱਚਿਆਂ ਦੇ ਤਰਸ ਕਰਕੇ ਆਪਣਾ ਘਰ ਲੁਟਾ ਦੇ? ਥੋੜੇ ਤਾਂ ਪੈਸੇ ਦੇ ਦੇ, ਬੱਚੇ ਦੁੱਧ ਜੋਗੇ ਤਾਂ ਦੇ ਦੇ। ਨਹੀਂ ਆ ਮੇਰੇ ਕੋਲ, ਇੱਕ ਵਾਰ ਕਹਦਾ, ਦੋ ਵਾਰ ਕਹਦਾ, ਖਬਰਦਾਰ ਜੇ ਮੁੜ ਕੇ ਆਈਆਂ ਇੱਥੇ। ਹੱਡ ਪੈਰ ਚੰਗੇ ਸਲਾਮਤ ਨੇ ਤੇਰੇ, ਪਰਮਾਤਮਾ ਨੇ ਤੈਨੂੰ ਹੱਡ ਪੈਰ ਦਿੱਤੇ ਨੇ, ਤੂੰ ਕੋਈ ਕੰਮ ਕਾਰ ਹੀ ਕਰ ਲਾ, ਮਿਹਨਤ ਮਜ਼ਦੂਰੀ ਕਰ ਲਾ। ਲੋਕਾਂ ਦੇ ਭਾਂਡੇ ਮਾਂਜ ਲਓ, ਹੋਰ ਨਹੀਂ ਕੁਛ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
काम होएगा कोई भाई जी? पढ़ी लिखी है? नहीं भाई जी। गिनती आती है? नहीं भाई जी। इसका पढ़े लिखे का काम है, इत्थे फैक्ट्री विच पीस बन के गिन के लिफाफे च पैक हो के फिर रख दे है। जिदा पढ़ी लिखी ठीक है, या जाके खेतां च जाके ते मजदूरी दूरी जगह देख। चंगा भाई, उन बड़ा ना कोई काम नहीं इत्थे। भाई भाई कोई काम मिलूगा? काम हजे तक कोई काम नहीं है। कितनी देर तक? काम शुरू होने ढाई तीन महीने लग जाने। ढाई तीन महीने? हाँ जी। फिर रख लांगे फिर आलू उलू लगने हैं, मटर मुटर होर, फिर तो बंदे की लोड़ पैंदी। हजे तक कोई काम नहीं है ढाई तीन महीने। कितने होर कोई काम भाई? होर हूँ असं कितने दस सकते तुम? होर तो कितने नहीं काम, देख लो तुम पता कर लो। चंगा भाई। बुखार लगदा तो बुखार चढ़िया, डॉक्टर नूं दिखाओ जाके। सच्ची मुची बहुत बीमार है, बीमार तो आप ही होना है, दो दिन हो गए मेरे नाल धुप्पे फिरदे नूं। चल बच्चे आपां डॉक्टर कोल चलदे। तेज बुखार है, तुसी नु तो पहला घूम दियो। हाँ मैं इंजेक्शन लिख दिता, ये जाके ले आओ। 130-135 रुपए लगभग आ गया, जल्दी करो जरा बच्चे जिंदगी। बच्चा कितने तू पहला के चले हो, इन्हें तो जल्दी करो। हाँ मैं वो लिया तेरे वास्ते, पर तेरे हुण हुसन नूं वेख के इंज लगदा मेरा तोहफा तां मामूली ही आ रह गया। नहीं जी, ये तां मेरे लिए बहुत कीमती है। कीमती तां मेरे वास्ते भी बहुत ने, कई दिनां दा दिहाड़ियां करदा सी तां आके पैसे इकट्ठे करके आ पंजीबां बणाईआं सी। मैं इहनूं सारी उमर संभाल के रखूंगी। तू फिर आ गई, मैंने क्या जी कोई पैसा पूसा नहीं आएगा। लाला मैं पजेब बेचन आई हूं। पजेब दिया विखा। लाला जल्दी कर, मेरे बच्चे की तबीयत बहुत खराब है। बस एक मिनट देखता लैन दे भाई, असली भी है की है। 100 रुपया मिलेगा? लाला 100 रुपया? लाला महंगे पा दी है, मैं तो सिर्फ मजबूरी नु बेच रही हूं, कम से कम 130 रुपए तो दे, मेरे बच्चे दवाई 130 रुपए दी आनी है। ओ बीबी पुगदा तो नहीं सौदा, पर तेरी मजबूरी है तेरे बच्चे दी, तू ले जा 130 रुपए। पर आए कर पहला अंगूठा ला दे, जिथे मर्जी लवा ला लाला, जल्दी कर। ये तो बीबी आए हैं भी कल कोई चोरी चकारी दी निकले तो सानू फिर जवाब दे ही हुंदी है, मैं तेनू कित्थे लभदा करूंगा। ले लाला तू पैसे दे जल्दी। ले भाई ले 130 रुपए। ले भाई सुन ला, 1 2 3 4 7 8 9 10
ਪਜੇਬ ਇੰਨੀ ਮਹਿੰਗੀ ਸਿਰਫ 130 ਚ ਮਿਲ ਗਈ, ਨਾਲੇ ਉਹਦੇ ਚ ਵੀ 20 ਰੁਪਏ ਮਾਰ ਲੈ। ਬੱਲੇ ਬੱਲੇ ਨੀਰੀ ਸਾਤਰੀਆਂ ਰੱਖ ਕੇ ਵਿੱਚ ਦਵਾਈ ਨਹੀਂ ਚੱਲਦੀ। ਜਲਦੀ ਕਰੀ ਭਾਈ, ਚਲਾ ਮੇਰਾ ਮੁੰਡਾ ਬਹੁਤ ਬਿਮਾਰ ਹੈ। 130 ਰੁਪਏ ਬੀਬੀ, 130 ਨੇ ਭਾਈ, 110 ਰੁਪਏ ਆ। ਨਹੀਂ ਨਹੀਂ ਭਾਈ, 130 ਰੁਪਏ ਨੇ। 4 5 6 7 8 9 10 ਆ ਬੀਬੀ, 110 ਰੁਪਏ ਆ। 20 ਰੁਪਏ ਹੋਰ ਲਿਆ। 20 ਰੁਪਏ ਹੋਰ? 20 ਰੁਪਏ ਹੋਰ ਚਾਹੀਦੇ ਭਾਈ। ਕੋਈ ਹੋਰ ਕਿੰਨਾ? 130 ਨੇ ਗਿਣ ਲੈ ਨਾ। 110 ਰੁਪਏ ਆ। 1 2 3 4 5 6 7 8 9 10 11 ਆ ਲੈ, ਦੁਬਾਰਾ ਗਿਣ ਲੈ ਤੂੰ। 130 ਰੁਪਏ ਚਾਹੀਦੇ, 20 ਰੁਪਏ ਘੱਟ ਆ। ਤੇ ਨਾਲੇ 130 ਰੁਪਏ ਲੈ ਕੇ ਆਈ ਸੀ, ਇਹਦਾ ਮਤਲਬ ਲਾਲੇ ਨੇ ਮੇਰੇ ਨਾਲ ਹੇਰਾ ਫੇਰੀ ਕੀਤੀ ਹੈ। ਆ ਲਓ, ਲਾਲੇ ਜਾ ਕੇ ਪੁੱਛ ਕੇ ਆਓ। ਲਾਲਾ ਤੇ ਮੇਰੇ ਨਾਲ ਚੰਗਾ ਨਹੀਂ ਕੀਤਾ ਲਾਲਾ। ਕਿੰਨਾ ਟਾਈਮ ਹੋ ਗਿਆ ਨਾ ਅਨਪੜ੍ਹ ਲੋਕਾਂ ਨੂੰ ਇਹ ਨਹੀਂ ਪਤਾ ਬੱਚੇ ਜ਼ਿੰਦਗੀ ਦਾ ਸਵਾਲ ਆ। ਕਿੰਨੇ ਬੇਵਕੂਫ ਲੋਕ ਨੇ। ਲਾਲਾ ਤੂੰ ਮੈਨੂੰ ਪੈਸੇ ਘੱਟ ਦਿੱਤੇ ਨੇ। ਤੂੰ ਕੀ ਬਕਵਾਸ ਕਰਨ ਲੱਗੀ ਹੈ? ਪੈਸੇ ਘੱਟ ਦਿੱਤੇ ਨਾਲੇ ਹੋਰ ਕੁਝ ਦਿੱਤਾ? ਮੇਰੀ ਗੱਲ ਸੁਣ ਲੈ, ਸਾਰਾ ਪਿੰਡ ਜਾਣਦਾ ਲਾਲਾ ਦੁਨੀ ਚੰਦ ਕਿੰਨਾ ਇਮਾਨਦਾਰ ਹੈ। ਮੈਂ ਦਵਾਈ ਲੈਣ ਗਈ ਸੀ, ਮੈਨੂੰ 20 ਰੁਪਏ ਘੱਟ ਗਏ ਉੱਥੇ। ਉਹ ਮੈਨੂੰ ਕੀ ਪਤਾ ਤੂੰ ਕਿੱਥੇ ਸਿੱਟ ਕੇ ਆਈ ਹੈ? ਤੈਨੂੰ ਕਹਿੰਦੀ ਜੀ ਗਿਣ ਕੇ ਲੈ ਜਾ। ਤੂੰ ਜਾਣਦਾ ਸੀ ਲਾਲਾ ਮੈਨੂੰ ਗਿਣਤੀ ਨਹੀਂ ਆਉਂਦੀ, ਇਸੇ ਕਰਕੇ ਤੂੰ ਮੈਨੂੰ 20 ਰੁਪਏ ਘੱਟ ਦਿੱਤੇ ਨੇ। ਤੂੰ ਅਨਪੜਾਂ ਨੂੰ ਪੈਸੇ ਦੇਣਾ ਵੀ 90 ਦਾ ਘੱਟ ਹੈ, ਮੈਨੂੰ ਨਹੀਂ ਪਤਾ। ਆਪਣੀ ਪਜੇਬ ਲੈ ਜਾ, ਪੈਸੇ ਦੇ ਜਾ, ਬਸ ਗੱਲ ਖਤਮ। ਲਾਲਾ ਤੂੰ ਠੀਕ ਨਹੀਂ ਕਰ ਰਿਹਾ, ਰੱਬ ਤੇਰੇ ਨਾਲ ਬਹੁਤ ਮਾੜੀ ਕਰੇਗਾ। ਲਾਲਾ ਮੈਨੂੰ 20 ਰੁਪਏ ਹੋਰ ਦੇ ਦੇ, ਮੇਰੇ ਬੱਚੇ ਜਾਨ ਖਤਰੇ 'ਚ। ਲਾਲਾ ਮੈਨੂੰ 20 ਰੁਪਏ ਹੋਰ ਦੇ ਦੇ, ਲਾਲਾ ਤੇਰੇ ਨਾਲ ਰੱਬ ਚੰਗਾ ਨਹੀਂ ਕਰੇਗਾ। ਲਾਲਾ ਕੀ ਗੱਲ ਹੋ ਗਈ? ਭੈਣ ਜੀ ਕੀ ਹੈ, ਇਹ ਮਜਬੂਰੀ ਚ ਆਈ ਸੀ ਪਜੇਬ ਲੈ ਕੇ ਮੇਰੇ ਕੋਲ, ਉਹਨੂੰ ਪੈਸਿਆਂ ਦੀ ਲੋੜ ਸੀਗੀ। ਮੈਂ ਇਹਨਾਂ ਨੂੰ ਪਜੇਬ ਰੱਖ ਕੇ ਪੈਸੇ ਦੇ ਤੇ, ਤੇ ਹੁਣ ਇਹ ਮੈਨੂੰ ਕਹਿੰਦੀ ਹੈ ਕਿ ਪੈਸੇ ਘੱਟ ਦਿੱਤੇ ਨੇ। ਆਹ ਦੇਖੋ ਅੰਗੂਠਾ ਵੀ ਇਹਦਾ ਹੈਗਾ, ਦੇਖੋ ਨਾ ਹੈਦਾ। ਕਿੰਨੀ ਬੇਵਕੂਫ ਔਰਤ ਹੈ, ਬੱਚੇ ਦੀ ਪਰਵਾਹ ਨਹੀਂ ਕਰਦੀ ਹੈ। ਦੱਸ ਕਿੰਨਾ ਟਾਈਮ ਹੋ ਗਿਆ ਗਈ ਨੂੰ, ਹੁਣ ਤੱਕ ਟੀਕਾ ਲੈ ਕੇ ਨਹੀਂ ਆਈ, ਬੱਚੇ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਕਿੰਨੀ ਦੇਰ ਲਾਤੀ, ਬੱਚੇ ਦੀ ਪਰਵਾਹ ਹੀ ਨਹੀਂ ਕਰਦੇ ਤੁਸੀਂ, ਥੋੜਾ ਬੱਚੇ ਨੂੰ ਫੜੋ। ਜਲਦੀ ਕਰੋ, ਅਗਰ ਤੁਸੀਂ 5 ਮਿੰਟ ਹੋਰ ਨਾ ਆਉਂਦੇ, ਬੱਚੇ ਦੀ ਹਾਲਤ ਬਹੁਤ ਵਿਗੜ ਜਾਣੀ ਸੀ। ਬੱਚੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਹੈ, ਥੋੜਾ ਦਬਾ ਲਓ ਇਹਨੂੰ। ਡਾਕਟਰ ਸਾਹਿਬ ਹੁਣ ਬੱਚੇ ਦੀ ਤਬੀਅਤ ਕਿਵੇਂ ਹੈ? ਮੈਂ ਇੰਜੈਕਸ਼ਨ ਦੇ ਦਿੱਤਾ, ਥੋੜ੍ਹੀ ਦੇਰ ਵਿੱਚ ਠੀਕ ਹੋ ਜਾਏਗਾ। ਅਗਰ ਇਹ 5 ਮਿੰਟ ਹੋਰ ਨਾ ਆਉਂਦੇ, ਬੱਚੇ ਦੀ ਹਾਲਤ ਬਹੁਤ ਜ਼ਿਆਦਾ ਹੀ ਖਰਾਬ ਹੋ ਜਾਣੀ ਸੀ। ਮੈਂ ਬੱਚੇ ਨੂੰ ਟੀਕਾ ਲਗਾ ਦਿੱਤਾ, 5-7 ਮਿੰਟ ਫਰਕ ਪੈਣਾ ਸ਼ੁਰੂ ਹੋ ਜਾਣਾ। ਥੋੜ੍ਹਾ ਇਹਨੂੰ ਧੁੱਪ ਵਗੈਰਾ ਤੋਂ ਬਚਾ ਕੇ ਰੱਖਣਾ। ਭੈਣ ਜੀ ਜੇ ਅੱਜ ਤੁਸੀਂ ਨਾ ਆਉਂਦੇ, ਰੋਸ਼ਨ ਦੀ ਜਾਨ ਵੀ ਬਚਣੀ ਸੀ। ਉਹ ਸਭ ਤਾਂ ਠੀਕ ਹੈ ਪੂਨਮ, ਪਰ ਤੂੰ ਅੱਜ ਆਪਣੀ ਅਨਪੜ੍ਹਤਾ ਦੀ ਵਜ੍ਹਾ ਕਰਕੇ ਆਪਣਾ ਬੱਚਾ ਵੀ ਖੋ ਸਕਦੀ ਸੀ। ਤੂੰ ਇਸ ਗੱਲ ਨੂੰ ਜਾਣਦੀ ਹੈ? ਸਰਕਾਰ ਨੇ ਪੜ੍ਹਾਈ ਲਿਖਾਈ ਲਈ ਬਹੁਤ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ, ਤੂੰ ਕਿਉਂ ਨਹੀਂ ਸਾਖਰਤਾ ਸਕੂਲ ਆਉਣਾ ਸ਼ੁਰੂ ਕਰ ਦਿੰਦੀ? ਠੀਕ ਹੈ ਭੈਣ ਜੀ, ਉਹੀ ਅਨਪੜ੍ਹਤਾ ਦੀ ਵਜ੍ਹਾ ਤੋਂ ਮੈਂ ਰੋਸ਼ਨ ਦੇ ਪਾਪਾ ਗਵਾ ਲਏ। ਠੀਕ ਹੈ ਭੈਣ ਜੀ, ਮੈਂ ਹੁਣ ਜ਼ਰੂਰ ਪੜ੍ਹਾਂਗੀ, ਮੈਂ ਜ਼ਰੂਰ ਪੜ੍ਹਾਂਗੀ ਭੈਣ ਜੀ, ਮੈਂ ਜ਼ਰੂਰ ਪੜ੍ਹਾਂਗੀ।
हाँ सारे मेरे मगर बोलना हा हा लल्ला की बनता भले शब्द असि जो दोहा जोड़ांगे हल अपने समय च नहीं पढ़ सके सेंटर खोलिया साखरता दा ते उस साखरता दे सेंटर च उन्हां नूं पक्के करन वास्ते असीं तां दिन रात एक करके लगे हुए आ ते इस बच्ची नूं भी असीं कोशिश करांगे बैठो बेटा लो तुसीं किताब बन गया जल हां सारे ने मेरे मगर बोलना घग्गा रारा हुन तू नी बेटा बोलिया फिर बोलना घग्गा रारा घर 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 तो भाव सारे समझने तुसी सारे ठीक ठाक हो ना घर ठीक ठाक ने सारे लो भी अज मैं तुहानू जिदा घर दे विच हिसाब किताब रखना पैंदा गिणती मिणती करनी पैंदी है कि बाहर जाना पैंदा सारा कुछ किलोमीटर देखने पैंदे है ये सारा हिसाब किताब गिणना ते मिणना अज मैं तुहानू ऐं सिखा देना बड़ा सौखा डरने की कोई गल नहीं है लो मैं तुहानू चार पंज ना निशानियां जिहियां चिन्ह जिहे ला के दसणे ने उहनां दे नाल असीं सारी दुनिया का हिसाब किताब लिख भी सकते हैं तो पढ़ भी सकते हैं बड़ा सौखा है लिखना लो देखो सब तो पहला असी तुसी मेरे मगर लिखते जाना अपनी स्लेटा से चिन्ह छोटे छोटे लो भी सब तो पहला तुसी ऐ सीधी डंडी खिंचनी है लो सौखी है बड़ी उस तो बाद ए डंडी खिंच देनी है उस तो बाद ए डंडी खिंच देनी है लो भी उस तो बाद एक ए डंडी खिंच देनी है तो फिर एक ए गोल जहा बना देना तो एक ए गोल चंद जहा बना देना लो ये सारी दुनिया की गिनती मिनती मैं तुम्हें सिखा देनी है एन एच लो कि आ सब एक लिखना पहला पहला एक होंगे ना लो भी आ एक तो पहला लिखा हुआ ही है ठीक है भाई उस तो बाद फिर एक बार इतने पढ़ना ठीक है भाई उस तो बाद आ जरा चंद जहा वो चक के असी इतने लाता आ एक डंडी जी है इतने जोड़ती क्या बन गया भाई दो उस तो बाद फिर आ डंडी जी इतने लाती आ इधर लाता तो आहा इधर लाता तो आहा फिर इधर लाता की बन गया भाई तीन फिर आप लिखांगे चार आ डंडी जी इतने खिंची ये नाल इदा खिंचती तो आ फिर इदा खिंचती की बन गया भाई चार उची नहीं बोलो भाई चार लो भी उस तो बाद की लिखांगे भाई चार तो बाद की लिखांगे पांच आ डंडी जी फिर खिंचती इदा ठीक है जी आ डंडी जी फिर उपर लाती इदा उपर आ चंद जहा बनाता की बन गया बड़ा सौखा तरीका उस तो बाद फिर आ डंडी जी खिंची एक आ इत्थे आ चंद जहा लाता की बन गया भी छे फिर ए डंडी जी खिंची इत्थे ते आ इत्थे की बन गया भाई उस तो बाद की आएगा भाई आहा आहा ते आहा की बन गया भाई उस तो बाद आ डंडी जी फिर खिंची ते आ चंद जहा उपर लाता की बन गए नौ उस तो बाद आहा आ आ निशा मतलब चिन्ह लाया उस तो बाद आ फिर इत्थे गोल जे जोड़ दिते की बन गया भाई लो भाई जिन्हां नूं नौ तक लिखना ते दस तक पढ़ना आ गया ना वो सारे मतलब सौ तक बड़ा आसान लिखना ते पढ़ना है इला सौखी जी गल सी किन्ना सौखा भी लिखना औखा तो नहीं लगे भी
पूरी लगन ना सिखायो ਸਹੀ ਤਰ੍ਹਾਂ ਆਪਣੇ ਬੱਚਿਆਂ ਤਰ੍ਹਾਂ ਸਿਖਾਵਾਂਗੇ ਹਾਂਜੀ ਠੀਕ ਹੈ ਜੀ ਤੇ ਆਪਣੇ ਪੈਰਾਂ ਤੇ ਖੜੀ ਕਰਨ ਦਾ ਜ਼ਰੂਰ ਮੌਕਾ ਦਵਾਂਗੇ ਹਾਂਜੀ ਠੀਕ ਹੈ ਪੂਨਾ ਬੜੀ ਲਗਨ ਨਾਲ ਕੰਮ ਸਿੱਖਣਾ ਠੀਕ ਹੈ ਚੰਗਾ ਹੁਣ ਮੈਂ ਚੱਲਦੀ ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਘਰ ਦਾ ਕਿੱਦਾਂ ਹਿਸਾਬ ਕਿਤਾਬ ਕਰਨਾ ਇਹ ਗੱਲ ਮੈਂ ਤੁਹਾਨੂੰ ਦੱਸਣੀ ਹੈ ਜਿਸ ਤਰ੍ਹਾਂ ਅਸੀਂ ਘਰਾਂ ਦੇ ਵਿੱਚ ਮੱਝ ਆਮ ਰੱਖਦੇ ਹਾਂ ਪਿੰਡਾਂ ਦੇ ਵਿੱਚ ਸਵੇਰ ਨੂੰ ਮੱਝ ਜਿਹੜੀ ਨਾ ਉਹ ਕਿੰਨੇ ਕਿਲੋ ਦੁੱਧ ਦਿੰਦੀ ਹੈ ਮੰਨ ਲਓ 4 ਕਿਲੋ ਦੁੱਧ ਦਿੰਦੀ ਹੈ ਚਾਰ ਆਪਾਂ ਕਿੱਦਾਂ ਲਿਖਣੇ ਆ ਉਹ ਇੱਦਾਂ ਲਿਖਣੇ ਆ 1 2 3 4 ਇੱਦਾਂ ਲਿਖਣੇ ਆ ਠੀਕ ਹੈ ਪਰ ਮੈਂ ਤੁਹਾਨੂੰ ਗਿਣਤੀ 'ਚ ਦੱਸਿਆ ਸੀਗਾ ਵੀ ਇਹ ਇਸ ਤਰ੍ਹਾਂ ਲਿਖਣੇ ਆ ਠੀਕ ਹੈ ਵੀ ਉਸ ਤੋਂ ਬਾਅਦ ਸ਼ਾਮ ਨੂੰ ਜਿਹੜੀ ਮੱਝ ਹੈ ਉਹ ਦੁੱਧ ਵੱਧ ਜਾਂਦੀ ਹੈ ਉਹ 5 ਕਿਲੋ ਦਿੰਦੀ ਹੈ ਅਸੀਂ ਮਿਣ ਕੇ ਡੱਬੇ ਦੇ ਨਾਲ ਉਹਨੂੰ ਦੇਖ ਲੈਂਦੇ ਵੀ 5 ਵਾਰ ਅਸੀਂ 5 ਡੱਬੇ ਅਸੀਂ ਦੁੱਧ ਹੋ ਜਾਂਦੇ ਹੈ ਉਹ 5 ਕਿਲੋ ਦੁੱਧ ਹੋ ਜਾਂਦਾ ਫਿਰ ਅਸੀਂ ਉਹਨਾਂ ਨੂੰ ਲਿਖਣਾ 5 ਠੀਕ ਹੈ ਵੀ ਇੱਦਾਂ ਦੱਸੇ ਸੀ ਨਾ ਮੈਂ 5 ਲਿਖਣੇ ਠੀਕ ਹੈ ਵੀ ਜਾਂ ਅਸੀਂ ਇਹਨਾਂ ਨੂੰ ਇੱਦਾਂ ਵੀ ਲਿਖ ਸਕਦੇ ਹਾਂ ਚੌਕ 4 5 ਅਤੇ ਇਹ ਕਿੰਨਾ ਹੋਇਆ ਵੀ ਹੱਥ ਖੜੇ ਕਰੋ ਵੀ ਸ਼ਾਬਾਸ਼ ਗਿਣਤੀ ਕਿੰਨਾ ਹੋਇਆ ਕਿੱਦਾਂ ਆਪਾਂ ਇਹ ਹਿਸਾਬ ਕਿਤਾਬ ਲਾਵਾਂਗੇ ਕਿੰਨਾ ਸਾਨੂੰ ਪਤਾ ਲੱਗੇਗਾ ਅਸੀਂ ਇੱਦਾਂ ਸ਼ੁਰੂ ਕਰਾਂਗੇ ਮੇਰੇ ਮਗਰ ਬੋਲਣਾ ਵੀ ਸਾਰਿਆਂ ਨੇ 1 2 3 4 5 6 7 8 9 ਕਿੰਨਾ ਹੋਇਆ ਵੀ 9 ਕਿੱਦਾਂ ਦੱਸਿਆ ਸੀ ਲਿਖਣਾ ਇੱਦਾਂ ਤੁਹਾਡੀ ਮੱਝ ਦਾ ਦੁੱਧ ਸਾਰੇ ਸਵੇਰ ਤੇ ਸ਼ਾਮ ਦਾ ਰਲਾ ਕੇ ਕਿੰਨਾ ਹੋਇਆ ਬਈ 9 ਕਿਲੋ ਇਸ ਤਰ੍ਹਾਂ ਅਸੀਂ ਹਿਸਾਬ ਕਿਤਾਬ ਕਰਨਾ ਹੈ ਛੱਡ ਕੇ ਮੋਢਾ ਕੱਢਣਾ ਠੀਕ ਹੈ
ਧਿਆਨ ਨਾਲ ਦੇਖ ਠੀਕ ਹੈ ਇੱਥੋਂ ਦੀ ਕਿੰਨਾ ਲੈਣਾ ਇੱਥੋਂ ਦੀ 3 ਇੰਚ ਦਾ ਹੈ ਆ ਲਿੱਤਾ ਠੀਕ ਹੈ ਅੱਛਾ ਇਹਦੀ ਗੁਲਾਈ ਦੇ ਦੇ ਸਿਲਾਈ ਸੈਂਟਰ ਤੇ ਬਹੁਤ ਚੱਲ ਰਿਹਾ ਜਿਵੇਂ ਤੁਸੀਂ ਲਗਨ ਦੇ ਨਾਲ ਬੀਬੀਆਂ ਨੂੰ ਸਿਲਾਈ ਸਿਖਾ ਰਹੇ ਹਾਂ ਅਸੀਂ ਜਿਹੜੀਆਂ ਭੈਣਾਂ ਸਾਡੀਆਂ ਰਹਿ ਗਈਆਂ ਹਾਲੇ ਪੜ੍ਹਨ ਤੋਂ ਸਾਖਰਤਾ ਦੇ ਕੇਂਦਰਾਂ 'ਚ ਨਹੀਂ ਆ ਰਹੀਆਂ ਉਹਨਾਂ ਨੂੰ ਹੋਰ ਇਸ ਮੁਹਿੰਮ ਦੇ ਵਿੱਚ ਜੋੜਨ ਵਾਸਤੇ ਅਸੀਂ ਚੰਗਾ ਉਪਰਾਲਾ ਕਰ ਦਈਏ ਜੇ ਅਸੀਂ ਜਾਗੋ ਦੇ ਰਾਹੀਂ ਜਾਗੋ ਪਿੰਡ 'ਚ ਕੱਢੀਏ ਉਹਦੇ 'ਚ ਸਾਰੀਆਂ ਬੀਬੀਆਂ ਭੈਣਾਂ ਨੂੰ ਸ਼ਾਮਿਲ ਕਰੀਏ ਅਤੇ ਸ਼ਾਮਿਲ ਕਰਕੇ ਵੀ ਬੀਬੀਓ ਤੁਸੀਂ ਵੀ ਹਿੰਮਤ ਕਰਨੀ ਹੈ ਅਤੇ ਇਸ ਹਿੰਮਤ ਦੇ ਨਾਲ ਅਸੀਂ ਇਹ ਕਰ ਸਕਦੇ ਹਾਂ ਵੀ ਸਾਡੇ ਸਾਰੇ ਪਿੰਡ ਦੀਆਂ ਬੀਬੀਆਂ ਭੈਣਾਂ ਇਹਦੇ ਵਿੱਚ ਆ ਜਾਣਗੀਆਂ ਅਤੇ ਆ ਕੇ ਸਾਰਿਆਂ ਨੂੰ ਅਸੀਂ ਸਿਲਾਈ ਸਿਖਾਵਾਂਗੇ ਅਤੇ ਕਿੱਤੇ ਨਾਲ ਜੋੜ ਕੇ ਇਹਦੇ 'ਚ ਸਾਡੇ ਜਾਗੋ ਦੇ ਨਾਲ ਜਿਹੜੀਆਂ ਭੈਣਾਂ ਬੀਬੀਆਂ ਨੂੰ ਹਾਲੇ ਤੱਕ ਸਮਝ ਨਹੀਂ ਲੱਗ ਸਕੀ ਵੀ ਸਾਖਰਤਾ ਕੀ ਹੈ ਉਹ ਹੋਰ ਜ਼ਿਆਦਾ ਸਮਝ ਲੱਗ ਜੂਗੀ ਤੁਸੀਂ ਇਹਦੇ ਸੰਬੰਧ 'ਚ ਕੁਛ ਉਪਰਾਲੇ ਕਰੋ ਤਾਂ ਕਿ ਅਸੀਂ ਪਿੰਡ ਦੇ ਵਿੱਚ ਜਾਗੋ ਕੱਢ ਕੇ ਸਾਰੀਆਂ ਬੀਬੀਆਂ ਭੈਣਾਂ ਨੂੰ ਇਹਦੇ ਵਿੱਚ ਸ਼ਾਮਿਲ ਕਰ ਦਈਏ ਦੱਸੋ ਤੁਸੀਂ ਕੀ ਕਰੋਗੇ ਇਹਦੇ ਸੰਬੰਧ ਦੇ ਵਿੱਚ ਉਪਰਾਲੇ ਹਾਂਜੀ ਭਾਟੀਆ ਜੀ ਮੈਂ ਇਸ ਸੰਬੰਧ ਵਿੱਚ ਬਹੁਤ ਉਪਰਾਲਾ ਕਰਾਂਗੀ ਸਾਰੀਆਂ ਬੀਬੀਆਂ ਨੂੰ ਇਹਦੀ ਸਾਖਰਤਾ ਬਾਰੇ ਦੱਸਾਂਗੀ ਉਸ ਦਿਨ ਅਸੀਂ ਸਾਰੇ ਪਿੰਡ ਦੇ ਵਿੱਚ ਜਾਗੋ ਕੱਢੀਏ ਤੇ ਉਸ ਜਾਗੋ ਦੇ ਨਾਲ ਸਾਰਿਆਂ ਲੋਕਾਂ ਦੇ ਵਿੱਚ ਜਿਹਨਾਂ ਨੂੰ ਹਾਲੇ ਸਾਖਰਤਾ ਦਾ ਨਹੀਂ ਪਤਾ ਲੱਗਾ ਉਹਨਾਂ ਨੂੰ ਪਤਾ ਲੱਗ ਜਾਊਗਾ ਤਾਂ ਕਿ ਸਾਰੀਆਂ ਬੀਬੀਆਂ ਭੈਣਾਂ ਤੁਹਾਡੇ ਵਾਂਗੂ ਕਿੱਤੇ ਦੇ ਨਾਲ ਜੁੜ ਜਾਣਗੀਆਂ ਤੇ ਬੜਾ ਸਾਡਾ ਚੱਜਾ ਸਮਾਜ ਬਣਨ ਵਿੱਚ ਸਾਨੂੰ ਬੜੇ ਸਹਾਈ ਹੋਣਗੇ ਮੈਂ ਜੋ ਕੁਛ ਲਿਖਾਂਗੀ ਸਲੇਟ ਤੇ ਵੀ ਲਿਖਣਾ ਤੇ ਬੋਲਣਾ ਵੀ ਹੈ ਠੀਕ ਹੈ ਨਾ ਚਲੋ ਪਹਿਲਾਂ ਲਿਖੋ ਊੜਾ ਠੀਕ ਹੈ ਲਿਖ ਲਿਆ ਸਾਰਿਆਂ ਨੇ ਹਾਂ ਹੁਣ ਅੱਗੇ ਲਿਖੋ ਏ ਐੜਾ ਲਿਖ ਲਿਆ ਸਾਰਿਆਂ ਨੇ ਅੱਗੇ ਲਿਖੋ ਏ ਈੜੀ ਅਨਪੜ ਵੀਰਾ ਜਾਗ ਬਈ ਹੁਣ ਜਾਗੋ ਆਈਆ ਬੱਲੇ ਬਈ ਹੁਣ ਜਾਗੋ ਆਈਆ ਚਾਵਾ ਬਈ ਹੁਣ ਜਾਗੋ ਆਈਆ ਦਿਓਰਾ ਤੈਨੂੰ ਮੈਂ ਸਮਝਾਵਾਂ ਬੇਲੀ ਬੈਨ ਮਤ ਗੁਆਵਾਂ ਚੁੱਲਾ ਚੌਂਕਾ ਕਰਦੀ ਜਾਵਾਂ ਨਾਲ ਨਾਲ ਮੈਂ ਪੜ੍ਹਦੀ ਜਾਵਾਂ ਬੇਬੇ ਪਾਈਆਂ ਆਈਆ ਬਈ ਹੁਣ ਜਾਗੋ ਆਈਆ ਬਈ ਹੁਣ ਜਾਗੋ ਆਈਆ ਬਈ ਹੁਣ ਜਾਗੋ ਆਈਆ ਬਈ ਹੁਣ ਜਾਗੋ ਆਈਆ